ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਕਲਚਰ ਐਂਡ ਹੈਰੀਟੇਜ ਆਫ ਪਾਕਿਸਤਾਨ। ਕਲਚਰ ਐਂਡ ਹੈਰੀਟੇਜ ਆਫ ਪੰਜਾਬ ਨੂੰ ਲੈ ਕੇ ਅੱਜ ਮੈਂ ਪਹੁੰਚਿਆ ਵਾਂ ਗੋਜਰਾ ਤੋਂ ਸਮੁੰਦਰੀ ਰੋਡ ਦੇ ਉੱਤੇ ਚੱਕ 46 ਪੁਰਾਣਾ ਸਖੀਰਾ ਜੀ। ਬਿਲਕੁਲ, ਸਖੀਰਾ ਜਿਹੜਾ ਚੱਕ ਗੋਜਰਾ ਤੋਂ ਸਮੁੰਦਰੀ ਜਾਂਦਿਆਂ ਹੋਇਆ ਪਿੰਡ ਜਿਹੜਾ ਆਉਂਦਾ ਸੀ ਚੱਕ 46, ਜਿਹਨੂੰ ਕਿ ਸਖੀਰਾ ਕਿਹਾ ਜਾਂਦਾ ਸੀ, ਮੇਰੇ ਦੋਸਤ ਡਾਕਟਰ ਦਲਵੀਰ ਪੰਨੂ ਸਾਹਿਬ ਜਿਹੜੇ ਨੇ ਉਹਨਾਂ ਦੇ ਇਨਹੈਰੀਟਰਸ ਜਾਂ ਅਨਸੈਸਟਰਸ ਜਿਹੜੇ ਸਨ ਉਹ ਇਸ ਜਗ੍ਹਾ ਤੋਂ ਬਿਲੋਂਗ ਕਰਦੇ ਸਨ, ਔਰ ਉਹਨਾਂ ਦੇ ਗ੍ਰੈਂਡ ਪੇਰੈਂਟਸ ਜਿਹੜੇ ਸਨ ਮੋਹਨ ਸਿੰਘ, ਸੋਨ ਸਿੰਘ ਔਰ ਕ੍ਰਿਸ਼ਨ ਸਿੰਘ ਜਿਹੜੇ ਨੇ ਉਹ ਇਸ ਪਿੰਡ ਤੋਂ ਬਿਲੋਂਗ ਕਰਦੇ ਸਨ, ਔਰ ਉਹਨਾਂ ਦੇ ਦਾਦਾ ਜੀ ਜਿਹੜੇ ਨੇ ਉਹ ਰਿਟਾਇਰਡ ਸੂਬੇਦਾਰ ਬਲ ਦੇ ਅਨੋਕ ਸਿੰਘ, ਔਰ ਉਹਨਾਂ ਦੀ ਦਾਦੀ ਜਿਹੜੀ ਨੇ ਦਲੀਪ ਕੌਰ, ਬੀਬੀ ਦਲੀਪ ਕੌਰ ਜਿਹੜੀ ਹੈ ਉਹ ਅੱਜ ਵੀ ਆਪਣੇ ਪਿੰਡ ਨੂੰ ਯਾਦ ਕਰਦੀ ਹੈ, ਔਰ ਉਹਨਾਂ ਦੀਆਂ ਦਰਦ ਭਰੀਆਂ ਆਵਾਜ਼ਾਂ ਜਿਹੜੀਆਂ ਨੇ ਮੇਰੇ ਕੰਨ 'ਚ ਗੂੰਜਦੀਆਂ ਨੇ। ਕੁਝ ਦਿਨ ਪਹਿਲੇ ਬੀਬੀ ਦਲੀਪ ਕੌਰ ਦਾ ਮੈਂ ਇੱਕ ਵੀਡੀਓ ਦੇਖਿਆ ਸੀ ਥੋੜ੍ਹਾ ਜਿੰਨਾ, ਜਿਹਦੇ 'ਚ ਉਹਨਾਂ ਦੀ ਆਡੀਓ ਵਾਇਸ ਸੁਣੀ ਸੀ ਕਿ ਮੈਨੂੰ ਤੁਸੀਂ ਗੋਜਰੇ ਛੱਡੋ ਅਤੇ ਮੈਂ ਆਪਣੇ ਪਿੰਡ ਸਖੀਰੇ ਜਿਹੜਾ ਮੈਂ ਪਹੁੰਚ ਜਾਵਾਂਗੀ, ਔਰ ਵੀਜ਼ੇ ਨਾ ਮਿਲਣ ਪਰੋਂ ਜਾਂ ਦੋਵਾਂ ਪੰਜਾਬਾਂ ਦੀਆਂ ਆਪਸ ਦੇ ਵਿੱਚ ਕੁਛ ਅਣਬਣ ਹੋਣ ਪਰੋਂ ਲੋਕ ਆਪਣਾ ਵਿਰਸਾ ਜਾਂ ਆਪਣੇ ਘਰ ਨਹੀਂ ਦੇਖ ਪਾਉਂਦੇ। ਮੈਂ ਉਹੀ ਖੋਰੇ ਸੱਚ, ਉਹੀ ਫੁੱਟਸਟੈਪਸ ਲੈ ਕੇ ਪਹੁੰਚਿਆ ਪਿੰਡ ਸਖੀਰਾ ਚੱਕ 46 ਦੇ ਅੰਦਰ, ਔਰ ਮੈਂ ਬੀਬੀ ਦਲੀਪ ਕੌਰ ਜਿਹੜੇ ਨੇ ਉਹਨਾਂ ਦੇ ਪਿੰਡ ਨੂੰ ਦਿਖਾਉਣ ਵਾਸਤੇ ਪਹੁੰਚ ਗਿਆ ਸਖੀਰੇ। ਡਾਕਟਰ ਬਲਦੇਵ ਸਿੰਘ ਜਿਹੜੇ ਨੇ ਇਸ ਵੇਲੇ USA ਦੇ ਵਿੱਚ ਡੈਂਟਿਸਟ ਨੇ, ਔਰ ਉਹ ਸਮਝ ਲਓ ਕਿ ਸਪੂਤ ਜਿਹੜੇ ਸਨ ਉਹ ਐਸੇ ਹੀ ਪਿੰਡ ਦੇ ਨੇ, ਔਰ ਉਹਨਾਂ ਨੇ ਬੜਾ ਨਾਮ ਰੋਸ਼ਨ ਕੀਤਾ ਪੰਜਾਬ ਦਾ, ਉਹਨਾਂ ਨੇ ਪੰਜਾਬ ਦਾ ਬੜਾ ਨਾਮ ਰੋਸ਼ਨ ਕੀਤਾ ਔਰ ਅਮਰੀਕਾ ਜਾ ਵਸੇ। ਅਤੇ ਡਾਕਟਰ ਅਲੋਕ ਸਿੰਘ ਔਰ ਬੀਬੀ ਦਲੀਪ ਕੌਰ ਉਹਨਾਂ ਦਾ ਇਹ ਪਿੰਡ ਹੈ, ਔਰ ਇਹ ਪਿੰਡ ਦੀ ਰਹਿਤ ਬਹਿਤ ਹੈ। ਅੱਜ ਵੀ ਲੋਕ ਜਿਹੜੇ ਨੇ ਹੱਸੀ ਖੁਸ਼ੀ ਉਸੇ ਤਰ੍ਹਾਂ ਵਸ ਰਹੇ ਨੇ, ਜਾਣ ਵਾਲੇ ਚਲੇ ਗਏ ਲੇਕਿਨ ਪਿੱਛੇ ਰਹਿ ਗਈਆਂ ਯਾਦਾਂ। ਯਾਦਾਂ ਦੇ ਵਿੱਚੋਂ ਇੱਕ ਮੇਨ ਜਿਹੜੀ ਨਿਸ਼ਾਨੀ ਉਹਨਾਂ ਨੇ ਜ਼ਿਕਰ ਕੀਤਾ ਸੀ ਪਿੰਡ ਦਾ ਗੁਰਦੁਆਰਾ, ਪਿੰਡ ਦਾ ਗੁਰਦੁਆਰਾ ਤਾਂ ਨਹੀਂ ਰਿਹਾ ਲੇਕਿਨ ਮੈਂ ਉਸ ਜਗ੍ਹਾ ਨੂੰ ਤੁਹਾਨੂੰ ਦਿਖਾ ਦਿਆਂਗਾ, ਔਰ ਉਸ ਤੋਂ ਪਾਸੇ ਲਹਿੰਦੇ ਵਾਲੇ ਪਾਸੇ ਜਿਹੜਾ ਘਰ ਦੱਸਿਆ ਸੀ ਆਪਣਾ ਤੁਸੀਂ, ਉਹ ਘਰ ਵੀ ਤਕਰੀਬਨ ਅਲੋਪ ਹੋ ਚੁੱਕਿਆ। ਹੁਣ ਉਹ ਗੱਲਾਂ ਨਹੀਂ ਰਹੀਆਂ ਕਿਉਂਕਿ ਤਮਾਮ ਚੀਜ਼ਾਂ ਵਕਤ ਦੇ ਨਾਲ ਨਾਲ ਜਿਹੜੀਆਂ ਨੇ ਉਹ ਬਦਲਦੀਆਂ ਜਾ ਰਹੀਆਂ ਨੇ, ਔਰ ਨਿਸ਼ਾਨੀਆਂ ਵੀ ਤਕਰੀਬਨ ਖਤਮ ਹੁੰਦੀਆਂ ਜਾ ਰਹੀਆਂ ਨੇ। ਇਹ ਜਗ੍ਹਾ ਜਿਹੜੀ ਹੈ, ਇਹ ਜਿਹੜਾ ਵੱਡੇ ਇਹ ਜਿਹੜਾ ਮੇਨ ਛੋਟਾ ਜਿਹਾ ਦਰਵਾਜ਼ਾ ਨਜ਼ਰ ਆ ਰਿਹਾ ਤੁਹਾਨੂੰ, ਔਰ ਇਹਦੇ ਅੰਦਰ ਬਣੇ ਹੋਏ ਘਰ ਜਿਹੜੇ ਨੇ ਇਹ ਇਸ ਵੇਲੇ ਗੁੱਜਰ ਫੈਮਿਲੀ ਦੇ ਲੋਕ ਨੇ ਜਿੰਨਾ ਕੋਲ ਹੈ, ਔਰ ਇਸ ਜਗ੍ਹਾ ਦੇ ਉੱਤੇ ਕਿਸੇ ਟਾਈਮ ਹੁੰਦਾ ਸੀ ਇੱਕ ਪਿੰਡ ਦਾ ਇਤਿਹਾਸਿਕ ਗੁਰਦੁਆਰਾ ਜਿਹੜਾ ਕਿ ਸਮੇਂ ਦੇ ਨਾਲ ਖਤਮ ਹੋ ਗਿਆ, ਡਿੱਗਿਆ, ਔਰ ਜਿਨ੍ਹਾਂ ਲੋਕਾਂ ਨੂੰ ਇਹ ਜ਼ਮੀਨਾਂ ਪਈਆਂ ਔਰ ਉਹਨਾਂ ਨੇ ਹੁਣ ਆਪਣੇ ਨਵੇਂ ਘਰ ਬਣਾ ਲਏ। ਔਰ ਇਹ ਗੁਰਦੁਆਰੇ ਤੋਂ ਨਾਲ ਅਗਲੇ ਪਾਸੇ ਜਿਹੜਾ ਇਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ, ਇਹ ਦਰਵਾਜ਼ਾ ਨਜ਼ਰ ਆ ਰਿਹਾ, ਇਸ ਤੋਂ ਲੈ ਕੇ ਉਹ ਅੱਗੇ ਤੱਕ ਜਿਹੜੀ ਜਗ੍ਹਾ ਸੀਗੀ ਇਹ ਸਨ ਅਸਲ ਇੱਥੇ ਤੁਹਾਡੇ ਘਰ ਸੀ। ਇੱਥੇ ਹੀ ਉਹ ਚਾਰ ਦੀਵਾਰੀ ਫਿਰੀ ਹੋਈ ਸੀ ਪਿੰਡ ਦੀ ਵੈਸਟ ਸਾਈਡ ਦੇ ਉੱਤੇ ਦੂਸਰੇ ਬਾਜ਼ਾਰ ਦੇ ਅੰਦਰ, ਜਿਹੜਾ ਕਿ ਤੁਹਾਡੇ ਵਾਲਦ ਸਾਹਿਬ ਨੇ ਮੈਨੂੰ ਦੱਸਿਆ ਜਾਂ ਤੁਹਾਡੇ ਡੈਡੀ ਜਾਨ ਨੇ ਜਿਹੜੀ ਗੱਲ ਦੱਸੀ ਹੈ ਆਪਣੀ ਵੀਡੀਓ ਦੇ ਅੰਦਰ ਕਿ ਸਾਡੇ ਉਹ ਇਹ ਜਗ੍ਹਾ ਜਿਹੜੀ ਹੈ ਇੱਥੋਂ ਸ਼ੁਰੂ ਹੁੰਦੀ ਹੈ ਔਰ ਉਹ ਸਾਹਮਣੇ ਜਾ ਕੇ ਮਸਜਿਦ ਦੇ ਕੋਰਨਰ ਤੱਕ ਜਾ ਕੇ ਖਤਮ ਹੋ ਜਾਂਦੀ ਹੈ। ਇਹ ਜ਼ਿਆਦਾ ਅਰਸਾ ਨਹੀਂ ਹੋਇਆ, ਦੱਸ ਰਹੇ ਨੇ ਕਿ ਕੁਛ ਸਾਲ ਹੀ ਹੋਏ ਨੇ ਗੁਰਦੁਆਰੇ ਦੀ ਬਿਲਡਿੰਗ ਨੂੰ ਡਿੱਗੇ ਹੋਏ। ਡਾਕਟਰ ਦਲਵੀਰ ਪੰਨੂ ਜੀ, ਇਹ ਹੈ ਤੁਹਾਡਾ ਐਨਸੈਸਟਰਸ ਵਿਲੇਜ ਚੱਕ 46 ਸਖੀਰਾ। ਮੈਂ ਅੱਜ ਪਹੁੰਚਿਆ ਵਾਂ ਸਖੀਰੇ, ਔਰ ਇਹ ਜਿਹੜਾ ਹੱਥ ਹੈ ਇਹ ਸੀ ਗੁਰਦੁਆਰੇ ਵਾਲਾ ਹੱਥ ਆ ਜਿਹੜਾ। ਕੋਈ ਜਾ ਵਸਿਆ ਕਿਤੇ, ਕੋਈ ਜਾ ਵਸਿਆ ਕਿਤੇ, ਕੁਛ ਲੋਕ ਜਲੰਧਰ ਤੋਂ, ਕੁਛ ਲੋਕ ਅੰਮ੍ਰਿਤਸਰ ਤੋਂ, ਔਰ ਕੁਛ ਲੋਕ ਜਿਹੜੇ ਨੇ ਉਹ ਪਹੁੰਚੇ ਈਸਟ ਪੰਜਾਬ ਦੇ ਡਿਫਰੈਂਟ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ ਆ ਕੇ ਹੋਏ ਆਬਾਦ ਇੱਥੇ। ਇਹ ਦੇਖੋ ਤੁਸੀਂ ਇਸ ਜਗ੍ਹਾ ਦੇ ਉੱਤੋਂ, ਇਸ ਕੋਰਨਰ ਤੋਂ ਜਿਹੜਾ ਸੀ ਘਰ ਸ਼ੁਰੂ ਹੁੰਦਾ ਸੀ, ਔਰ ਇੰਜ ਕਰਕੇ ਇਹ ਯੈਲੋ ਬਿਲਡਿੰਗ ਤੱਕ ਜਿਹੜਾ ਸੀ ਘਰ ਤੁਹਾਡਾ ਇੱਥੋਂ ਆ ਕੇ ਖਤਮ ਹੋ ਜਾਂਦਾ ਸੀ, ਜਿਹੜਾ ਕਿ ਤੁਹਾਡੇ ਵਾਲਦ ਸਾਹਿਬ ਦੱਸ ਰਹੇ ਸਨ ਨਿਸ਼ਾਨੀਆਂ। ਪਿੰਡ ਦੀ ਰਹਿਤ ਬਹਿਤ ਔਰ ਪਿੰਡ ਦਾ ਸਾਰਾ ਕੁਛ ਉੱਥੇ ਹੀ ਹੈ, ਪਰ ਜਾਣ ਵਾਲੇ ਚਲੇ ਗਏ।
ਇਹ ਮਾਡਰਨ ਆਰਕੀਟੈਕਚਰਸ ਖੜ੍ਹੇ ਹੋ ਗਏ ਨੇ ਉਸ ਘਰ ਦੀ ਜਗ੍ਹਾ ਦੇ ਉੱਤੇ, ਉਹ ਹਵੇਲੀ ਦੀ ਜਗ੍ਹਾ ਦੇ ਉੱਤੇ ਜੋ ਕਿ ਮੈਂ ਤੁਹਾਨੂੰ ਦਿਖਾ ਰਿਹਾ। ਅਟਕੇਲੀਆਂ ਕਰਦੇ ਇਹ ਨਿੱਕੇ ਨਿੱਕੇ ਜਾਨਵਰ, ਇਹ ਨਿੱਕੇ ਨਿੱਕੇ ਬੱਕਰੀਆਂ ਦੇ ਬੱਚੇ, ਤਮਾਮ ਚੀਜ਼ਾਂ ਜਿਹੜੀਆਂ ਲੈ ਕੇ ਤਮਾਮ ਚੀਜ਼ਾਂ ਨੂੰ ਲੈ ਕੇ ਮੈਂ ਪਹੁੰਚਿਆ। ਮੈਂ ਇੱਥੇ ਇਸ ਵੇਲੇ ਖਾਲਸਾ ਰਾਜ ਫੁੱਟ ਸਟੈਪਸ ਲੱਭਣ ਵਾਸਤੇ। ਅਸਲਾਮ ਵਾਲੇਕੁਮ ਜੀ ਜੀ, ਕੀ ਇਸਮ ਸ਼ਰੀਫ ਆਪਣਾ? ਅਬਦੁਲ ਸਤਾਰ। ਤੁਹਾਡੇ ਵੱਡੇ ਕਿੱਥੋਂ ਆਏ ਸੀ ਇੱਥੇ? ਜਲੰਧਰੋਂ, ਜਲੰਧਰੋਂ ਪਿੰਡ ਦਾ ਨਡਾਲਾ ਜਲੰਧਰ। ਅੱਛਾ ਅੱਛਾ ਅੱਛਾ, ਤੇ ਕੀ ਦੱਸਦੇ ਨੇ ਕਿ ਪਿੰਡ ਦਾ ਕੀ ਹਾਲ ਸੀ ਜਦੋਂ ਆਏ ਸਨ? ਪਿੰਡ ਮਤਲਬ ਠੀਕ ਠਾਕ ਸੀ, ਜਿੱਦਾਂ ਵੀ ਹੈਗਾ ਸੀ। ਹੱਸਦਾ ਵਸਦਾ ਛੱਡ ਕੇ ਗਏ? ਕੋਈ ਸਾੜ, ਕੋਈ ਅੱਗ, ਕੋਈ ਸ਼ੈ ਨਹੀਂ ਸੀ, ਬਿਲਕੁਲ ਅਮਨ ਸੀ। ਲੋਕ ਹੱਸਦੇ ਵਸਦੇ ਗਏ ਨੇ ਇੱਥੋਂ? ਉਸ ਤੋਂ ਬਾਅਦ ਵੀ ਲੋਕ ਆਉਂਦੇ ਰਹੇ ਨੇ ਇੱਥੇ ਮਿਲਣ ਵਾਸਤੇ? ਯਾਰ ਮਿਹਰਬਾਨੀ, ਅੱਗੇ ਚਲਾ ਜਾ ਯਾਰ। ਬਾਅਦ ਚ ਆਉਂਦੇ ਰਹੇ ਆ ਸਿੱਖ। ਅੱਛਾ, ਆ ਕੇ ਦੇਖਦੇ ਰਹੇ ਨੇ ਆਪਣੇ ਘਰ ਬਾਰ ਇੱਥੇ? ਤੇ ਜ਼ਿਆਦਾ ਪਿੰਡ ਕੱਚਾ ਸੀ ਜਾਂ ਪੱਕਾ ਸੀ? ਕੱਚਾ। ਅੱਛਾ, ਕੱਚਾ ਪਿੰਡ ਸੀ, ਜ਼ਿਆਦਾ ਘਰ ਪੱਕੇ ਨੇ? ਕੋਠਾ ਪੱਕਾ ਸੀ, ਉਸ ਬੰਨੇ ਪਿੰਡ ਦੀ ਲੈਂਦੇ ਬੰਨੇ, ਇੱਕ ਇੱਧਰ ਪੱਕੇ ਸੀਗੇ ਮਤਲਬ ਜਿੱਥੇ ਲਾਭ ਸੋਂ ਸੀ ਨਾ ਲੰਬੜਦਾਰ ਪਿੰਡ ਦਾ ਚੌਧਰੀ। ਕੀ ਨਾਮ ਸੀ ਉਹਦਾ? ਲਾਭ ਸੋਂ। ਲਾਭ ਸੋਂ, ਠੀਕ ਹੈ। ਉਹਦੇ ਪੱਕੇ। ਅੱਛਾ, ਸਿਉਂ ਦੇ ਨਾਮ ਤੋਂ ਕੋਈ ਤੁਸੀਂ ਜਿਹੜਾ ਥੋੜ੍ਹਾ ਜਿਹਾ ਇਹ ਇੱਥੇ ਦੀ ਸਾਡੀ ਲਿਪੀ ਦਾ ਫਰਕ ਹੈ, ਸਿੰਘ ਨੂੰ ਸ਼ੁਰੂ ਦੇ ਵਿੱਚ ਲੋਕ ਸਿਉਂ ਕਹਿੰਦੇ ਸੀ, ਜਾਂ ਤਾਂ ਦਲੀਪ ਸਿਉਂ, ਚਰਨ ਸਿਉਂ। ਉਹ ਅਸਲ ਵਿੱਚ ਚਰਨ ਸਿਉਂ ਨਹੀਂ, ਉਹ ਚਰਨ ਸਿੰਘ ਸੀ, ਨਰਾਇਣ ਸਿੰਘ ਹੈ। ਇਸੇ ਤਰ੍ਹਾਂ ਲਵ ਸਿੰਘ ਹੈ, ਉਹਨੂੰ ਲਵ ਸਿਉਂ ਕਹਿ ਰਹੇ ਨੇ ਉਹ। ਅਤੇ ਹੋਰ ਸਰ ਕੋਈ ਦੱਸੋ ਤੁਸੀਂ ਪਿੰਡ ਬਾਰੇ ਮਜ਼ੀਦ ਕੋਈ, ਕਿ ਵੀ ਜਿਹੜਾ ਤੁਸੀਂ ਆਪਣੀ ਹੋਸ਼ ਸੰਭਾਲੀ, ਤੁਸੀਂ ਇਹ ਗੁਰਦੁਆਰੇ ਦੇ ਮਤਲਬ ਕੁਝ ਦੱਸੋ ਸਾਨੂੰ ਕਿ ਵੀ ਇਹ ਖਾਲੀ ਰਿਹਾ ਜਾਂ ਸਕੂਲ ਬਣ ਗਿਆ ਜਾਂ ਕੀ ਕੀਤਾ ਇਹਦਾ ਇਹਨਾਂ ਨੇ? ਇਹ ਮਤਲਬ ਗੁੱਜਰ ਹੀ ਆ ਕੇ ਰਹਿ ਰਹੇ ਸਨ, ਠੀਕ ਹੈ। ਤੇ ਫਿਰ ਗੁੱਜਰ ਉਸ ਬੰਨੇ ਚਲੇ ਗਿਆ, ਇੱਕ ਹੋਰ ਗੁੱਜਰ ਆ ਮਤਲਬ ਜਿਹਨਾਂ ਕੋਲ ਹੋਣੇ, ਜਿਹਨਾਂ ਦੇ ਕਬਜ਼ੇ ਚ। ਹਾਂਜੀ, ਹੁਣ ਤੇ ਇਹਨਾਂ ਨੇ ਉਹਦਾ ਨਾਂ ਨਿਸ਼ਾਨ ਹੀ ਕੁਆਤਾ ਆ, ਐ ਪੱਧਰ ਕਰਤਾ। ਵੈਸੇ ਇੱਕ ਗੱਲ ਹੈ ਕਿ ਗੁਰਦੁਆਰੇ ਦੀ ਜ਼ਮੀਨ ਅਲਾਟ ਨਹੀਂ ਹੋ ਸਕਦੀ, ਸ਼ਾਇਦ ਕਿਸੇ ਨੂੰ ਪਤਾ ਜਾਂ ਨਹੀਂ ਪਤਾ ਇੱਥੇ? ਅੱਲਾ ਜਾਣੇ ਜੀ, ਇਹ ਮੈਂ ਨਹੀਂ ਕਹਿ ਸਕਦਾ ਉਹਨਾਂ ਅਲਾਟ ਕਰਾਇਆ ਜਾਂ ਨਹੀਂ ਕਰਾਇਆ। ਅਤੇ ਉਹ ਵੈਸੇ ਇਹ ਗੁੱਜਰਾਂ ਨੇ ਢਾਇਆ, ਉਹ ਆਏ ਸੀ ਇੱਧਰ ਮੀਆਂ ਵਾਲੀ ਵੱਲੋਂ, ਇਹ ਗੁੱਜਰ ਛੱਡ ਗਿਆ ਸੀ ਜਿਹੜੇ ਪਹਿਲੇ ਸੀ। ਠੀਕ ਹੋ ਗਿਆ। ਗੱਲ ਹੋ ਰਹੀ ਸੀ ਖਾਲਸਾ ਰਾਜ ਫੁੱਟ ਸਟੈਪਸ ਦੇ ਮੁਤਲਿਕ, ਕਿ ਵੀ ਖਾਲਸਾ ਰਾਜ ਦੇ ਫੁੱਟ ਸਟੈਪਸ ਲੱਭਦਿਆਂ ਜਦੋਂ ਮੈਂ ਨਿਕਲਣਾ ਵਾਂ ਸੈਂਟਰਲ ਪੰਜਾਬ ਜਾਂ ਲਹਿੰਦੇ ਪੰਜਾਬ ਵੱਲੋਂ, ਜਦੋਂ ਮੈਂ ਚੜ੍ਹਦੇ ਪੰਜਾਬ ਵਾਲੇ ਪਾਸੇ ਆਉਂਦਾ ਵਾਂ ਜਾਂ ਮੈਂ ਪਹਾੜ ਪਾਸੋਂ ਜਿਹੜਾ ਮੈਂ ਤੁਰਨਾ ਵਾਂ ਦੱਖਣ ਵਾਲੇ ਪਾਸੇ ਨੂੰ, ਤਾਂ ਅਜੀਬ ਜਿਹਾ ਕੁਛ ਮਹਿਸੂਸ ਹੁੰਦਾ ਹੈ। ਕੁਛ ਖੋਰੀਆਂ, ਕੁਛ ਪੁਰਾਣੀਆਂ, ਕੁਛ ਯਾਦਾਂ ਲੋਕਾਂ ਦੀਆਂ ਸਾਹਮਣੇ ਆਉਂਦੀਆਂ ਨੇ, ਔਰ ਇਨਸਾਨ ਜਿਹੜਾ ਉਹ ਕੀ ਕੁਛ ਸੋਚਦਾ ਹੈ। ਔਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਸ ਵਕਤ ਪੰਜਾਬ ਦੀ ਵੰਡ ਇਤਨੀ ਜਲਦੀ ਹੋ ਜਾਣੀ ਹੈ, ਔਰ ਪੰਜਾਬ 3 ਦਿਨਾਂ ਦੇ ਅੰਦਰ ਵੰਡਿਆ ਜਾਏਗਾ। ਆਇਆ ਕਿ ਅੱਜ ਤੱਕ ਕਿਸੇ ਨੇ ਸੋਚਿਆ ਸੀ? ਕਿਸੇ ਨੇ ਨਹੀਂ ਸੀ ਸੋਚਿਆ ਕਿ ਪੰਜਾਬ ਦੇ ਇੰਨੀ ਜਲਦੀ ਟੋਟੇ ਹੋਣਗੇ, ਔਰ ਪੰਜਾਬ ਛੋਟੇ ਛੋਟਿਆਂ ਹਿੱਸਿਆਂ ਦੇ ਵਿੱਚ ਤਕਸੀਮ ਹੁੰਦਾ ਹੁੰਦਾ ਅਖੀਰ ਈਸਟ ਔਰ ਵੈਸਟ, ਸਾਊਥ ਔਰ ਨੌਰਥ, ਇਹਨਾਂ ਹਿੱਸਿਆਂ ਦੇ ਵਿੱਚ ਤਕਸੀਮ ਹੁੰਦਾ ਜਾਏਗਾ। ਇਹ ਸਾਰੇ ਘਰ ਉਸੇ ਜ਼ਮੀਨ ਦੇ ਉੱਤੇ ਬਣੇ ਹੋਏ ਨੇ ਜਿਹੜੇ ਕਿ ਐਨਸੈਸਟਰਸ ਹਾਊਸ ਜਿਹੜਾ ਸੀ ਸਰਦਾਰ ਦਲਵੀਰ ਸਿੰਘ ਪੰਨੂ ਡਾਕਟਰ ਡੈਂਟਿਸਟ ਡਾਕਟਰ ਨੇ ਇਸ ਵੇਲੇ ਕੈਲੀਫੋਰਨੀਆ ਦੇ ਅੰਦਰ। ਅਤੇ ਮੈਂ ਹਾਂ ਤੁਹਾਡਾ ਆਪਣਾ ਹੋਸ ਬਾਬਾ ਜੀ, ਔਰ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਖੁਰੇ ਸੱਚ ਦੇ ਨਾਲ ਜਾਂ ਕਿਸੇ ਹੋਰ ਖਾਲਸਾ ਰਾਜ ਫੁੱਟ ਸਟੈਪਸ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗਾ, ਔਰ ਫਿਰ ਤੁਹਾਨੂੰ ਦਿਖਾਵਾਂਗਾ ਮੈਂ। ਸਲਾਮ ਅਲੈਕੁਮ ਜੀ ਬਾਬਾ ਜੀ, ਕੀ ਹਾਲ ਹੈ? ਚੰਗੇ ਹੈ ਜੀ, ਅੱਲਾ ਦਾ ਸ਼ੁਕਰ ਹੈ। ਬਾਬਾ ਜੀ ਕਿੰਨੀ ਉਮਰ ਆਪਣੀ? ਹੈ ਜੀ, ਉਮਰ ਕਿੰਨੀ ਕੁ ਆਪਣੀ? ਮੇਰੀ ਉਮਰ ਹੈ 17 ਤੋਂ ਉੱਤੇ ਹੀ ਹੈ ਜੀ। 17 ਤੋਂ ਉੱਤੇ ਹੈ। ਤੁਸੀਂ ਜੰਪਲ ਇੱਥੇ ਦੀ ਜਾਂ ਤੁਸੀਂ ਇੰਡੀਆ ਤੋਂ ਆਏ ਸੀਗੇ? ਪਿੱਛੋਂ ਜੀ। ਅੱਛਾ, ਇੰਡੀਆ ਤੋਂ ਆਏ ਸੀਗੇ। ਕੀ ਤੁਹਾਡਾ ਪੂਰਾ ਨਾਮ ਕੀ ਹੈ? ਮੇਰਾ ਨਾਮ ਮੁਹੰਮਦ ਹੈ। ਮੁਹੰਮਦ ਸੈਨ, ਔਰ ਤੁਸੀਂ ਕਿੱਥੋਂ ਆਏ ਸੀਗੇ? ਅੰਮ੍ਰਿਤਸਰੋਂ। ਅੰਮ੍ਰਿਤਸਰੋਂ, ਤੇ ਕਿਹੜਾ ਕੋਈ ਪਿੰਡ, ਕੋਈ ਮਹੱਲਾ, ਕੋਈ ਯਾਦ ਹੈ?
ਮਹੱਲਾ? ਹਾਂਜੀ ਮਹੱਲਾ ਸੁਲਤਾਨ ਮਿਹਨਤ ਤੇ ਪਹਿਲੀ ਲੰਬਰ ਗੜੀ ਅੰਮ੍ਰਿਤਸਰ। ਅੱਛਾ, ਤੁਹਾਨੂੰ ਯਾਦ ਹੈ ਤੇ ਕਿੰਨੀ ਉਮਰ ਸੀਗੀ ਜਦੋਂ ਵੰਡ ਪਈ? ਬਚਪਨ ਦੇਖੋ ਬੰਦਾ ਗਲੀ ਮਹੱਲੇ ਚ ਖੇਡਦਾ, ਜਿੱਦਾਂ ਹੁਣ ਬੱਚੇ ਇੱਕ ਦੂਜੇ ਨੂੰ ਖੇਡਦੇ ਆ, ਮਿਲਦੇ ਆ ਆਪਸ ਵਿੱਚ, ਕੋਈ ਇੱਕਾ ਦੁੱਕਾ ਨਾਮ ਬੰਦੇ ਨੂੰ ਯਾਦ ਹੁੰਦੇ ਆ ਕਿ ਵੀ ਯਾਰ ਮੇਰਾ ਫਲਾਣਾ ਦੋਸਤ ਸੀਗਾ, ਫਲਾਣਾ ਮੇਰਾ। ਗੱਲਬਾਤ ਹੁੰਦੀ ਰਹਿੰਦੀ ਹੈ ਉਹਨਾਂ ਦੀ। ਠੀਕ ਹੋ ਗਿਆ। ਤੇ ਇਹ ਉੱਥੇ ਤੁਸੀਂ ਜਦੋਂ ਇੱਥੇ ਆਏ ਤੇ ਪਿੰਡ ਦਾ ਕੀ ਹਾਲ ਸੀਗਾ ਇੱਥੇ? ਚੰਗਾ ਸੀ। ਅੱਛਾ, ਘਰ ਬਹੁਤੇ ਕੱਚੇ ਸੀਗੇ ਪੱਕੇ ਸੀਗੇ ਇੱਥੇ? ਚਲੋ, ਵਸਦੇ ਹੀ ਬੰਦਾ ਚੰਗਾ ਲੱਗਦਾ ਹੈ, ਹੱਸਦੇ ਹੀ ਚੰਗਾ ਲੱਗਦਾ ਹੈ, ਔਰ ਜਦੋਂ ਬੰਦਾ ਕਿਤੇ ਇੱਕ ਬੂਟੇ ਨੂੰ ਪੱਟ ਕੇ ਦੂਸਰੀ ਜਗ੍ਹਾ ਦੇ ਉੱਤੇ ਲੈ ਕੇ ਜਾਇਆ ਜਾਂਦਾ ਹੈ ਤੇ ਉਹਦਾ ਲੱਗਣਾ ਬਹੁਤ ਮੁਸ਼ਕਲ ਹੁੰਦਾ ਹੈ, ਲੇਕਿਨ ਇਹ ਉਹ ਰੁੱਖ ਨੇ ਜਿਹੜੇ ਆਪਣੇ ਜਵਾਨੀ ਭਾਰੇ ਜਿਨ੍ਹਾਂ ਨੂੰ ਵੱਢ ਕੇ ਤੇ ਉੱਧਰੋਂ ਇੱਧਰ ਤੇ ਇੱਧਰੋਂ ਉੱਧਰ ਸੁੱਟ ਦਿੱਤਾ ਗਿਆ। ਇਹੋ ਜਿਹੇ ਬਹੁਤ ਜ਼ਿਆਦਾ ਸਾਰੀਆਂ ਕਹਾਣੀਆਂ ਨੇ ਔਰ ਬਹੁਤ ਜ਼ਿਆਦਾ ਸਾਰੇ ਖੋਰੇ ਸੱਚ ਨੇ। ਤੇ ਇਹ ਇੱਕ ਹੋਰ ਪ੍ਰਾਇਮਰੀ ਸੋਰਸ ਹਨ ਡਾਕਟਰ ਬਲਦੇਵ, ਡਾਕਟਰ ਦਲਵੀਰ ਪੰਨੂ ਸਾਹਿਬ ਜੀ ਤੁਹਾਡੇ ਫੋਰ ਫਾਦਰਸ ਦੇ ਘਰ ਦੇ ਬਿਲਕੁਲ ਇਸ ਵੇਲੇ ਸਾਹਮਣੇ ਨੇ। ਇਹਨਾਂ ਦਾ ਤਲਕ ਸੀ ਅੰਮ੍ਰਿਤਸਰ ਤੋਂ। ਤਾਂ ਫਿਰ ਤੁਸੀਂ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਖੋਰੇ ਸੱਚ ਸੰਤਾਲੀ ਦੇ ਪੰਜਾਬੀ ਕਲਚਰ ਐਂਡ ਹੈਰੀਟੇਜ ਔਰ ਕਲਚਰ ਐਂਡ ਹੈਰੀਟੇਜ ਆਫ ਪਾਕਿਸਤਾਨ। ਔਰ ਤੁਸੀਂ ਦੇਖ ਰਹੇ ਹੋ ਐਨਸੈਸਟਰਸ ਹਾਊਸ ਆਫ ਡਾਕਟਰ ਦਲਵੀਰ ਪੰਨੂ ਔਰ ਰਿਟਾਇਰਡ ਸੂਬੇਦਾਰ ਅਨੋਕ ਸਿੰਘ। ਲਓ ਜੀ, ਹੁਣ ਮੈਂ ਜਾ ਸਕਦਾ? ਹਾਂ ਜੀ ਬਿਲਕੁਲ। ਤੇ ਡਾਕਟਰ ਸਾਹਿਬ ਅਗਰ ਆਉਣਾ ਚਾਹਣ ਅਮਰੀਕਾ ਤੋਂ ਤੁਹਾਨੂੰ ਮਿਲਣ ਵਾਸਤੇ, ਆਉਣ ਤੁਹਾਨੂੰ ਮਿਲਣ ਲਈ? ਬਿਲਕੁਲ, ਦੋ ਵਾਰੀ ਆਉਣ, ਇੱਕ ਵਾਰੀ ਵੀ ਨਾ ਆਉਣ। ਹਾਂ, ਤੇ ਹੁਣ ਉਹਨਾਂ ਦੀ ਬੜੀ ਬੇਬੇ ਆ, ਵਿਚਾਰੀ ਆਖਰੀ ਸਾਹ ਗਿਣਦੀ ਆ, ਉਹ ਕਹਿੰਦੀ ਮੈਂ ਆਪਣੀ ਮਿੱਟੀ ਆਣ ਕੇ ਪੂਰੇ ਕਰ ਲੈ, ਸਾਡੇ ਕੋਲ ਨਾ ਹੋਣਗੇ ਉਹਦੇ ਸਾਹ ਪੂਰੇ। ਠੀਕ ਹੈ, ਉਹ ਇੱਕ ਯਾਦ ਹੁੰਦੀ ਹੈ ਨਾ ਜੀ ਆਪਣੀ ਮਿੱਟੀ ਦੀ, ਆਪਣੀ ਮਿੱਟੀ ਦਾ ਪਿਆਰ ਹੁੰਦਾ ਅਤੇ ਉਹ ਆਪਣੀ ਮਿੱਟੀ ਨੂੰ ਯਾਦ ਕਰਦੀ ਰਹਿੰਦੀ ਹੈ ਦਿਨ ਰਾਤ ਕਿ ਕਿਹੜੇ ਦਿਨ ਮੈਨੂੰ ਪਾਕਿਸਤਾਨ ਦਾ ਵੀਜ਼ਾ ਮਿਲੇ ਔਰ ਮੈਂ ਆਪਣੀ ਮਿੱਟੀ ਨੂੰ ਵੇਖ ਕੇ ਆਵਾਂ। ਛੱਡ ਕੇ ਕਿਉਂ ਗਈ ਸੀ ਬੇਬੇ? ਦੇਖੋ ਇਹ ਤਾਂ 47 ਹੋਈ ਆ, ਤੁਸੀਂ ਆਪਣੇ ਵੱਡਿਆਂ ਕੋਲੋਂ ਪੁੱਛੋ ਕਿਉਂ ਛੱਡ ਕੇ ਪਾਕਿਸਤਾਨ ਆਏ ਸੀਗੇ। ਨਹੀਂ, ਸਾਨੂੰ ਤਾਂ ਘੱਲਿਆ ਉਹਨਾਂ ਛੇਤਰ ਨਾਲ। ਇੱਕ ਹੀ ਮੈਟਰ ਹੈ ਜੀ, ਸਾਨੂੰ ਜ਼ਰਾ ਸਮਝਾਓ। ਤੁਸੀਂ ਇੱਕ ਮਿੰਟ ਤੁਹਾਡੇ ਨਾਲ ਜਦੋਂ ਗੱਲ ਕਰਾਂਗਾ ਫਿਰ ਤੁਸੀਂ ਬੋਲਣਾ ਵਿੱਚ, ਠੀਕ ਹੈ? ਤੇ ਉਹ ਇਹ ਤਾਂ 47 ਦੀ ਵੰਡ ਹੋ ਗਈ, ਇਹ ਤਾਂ ਗੋਰੇ ਨੇ ਕੀਤੀ, ਇਹਦੇ 'ਚ ਤਾਂ ਕਿਸੇ ਦਾ ਜ਼ੋਰ ਨਹੀਂ ਸੀ ਉਸ ਵੇਲੇ, ਕੋਈ ਬੰਦਾ ਆਪਣੀ ਖੁਸ਼ੀ ਨਾਲ ਤਾਂ ਕੋਈ ਨਹੀਂ ਆਇਆ। ਦੇਖੋ ਜਦੋਂ ਪਾਕਿਸਤਾਨ ਬਣਿਆ ਉਹਨਾਂ ਨੇ ਕਿਹਾ ਜੀ ਮੁਸਲਮਾਨਾਂ ਲਈ ਬਣਿਆ, ਹਿੰਦੁਸਤਾਨ ਬਣਿਆ ਉਹਨਾਂ ਜੀ ਕਿ ਨੋਨ ਮੁਸਲਿਮ ਵਾਸਤੇ ਬਣਿਆ, ਲੇਕਿਨ ਕੁਛ ਲੋਕ ਨਹੀਂ ਸੀ ਜਾਣਾ ਚਾਹੁੰਦੇ ਤੇ ਤਾਂ ਵੀ ਤਾਂ ਉਹਨਾਂ ਨੂੰ ਚੱਕ ਕੇ ਸੁੱਟ ਦਿੱਤਾ ਗਿਆ ਕਿ ਵੀ ਤੁਸੀਂ ਨਿਕਲ ਜਾਓ, ਹੁਣ ਤੁਸੀਂ ਚਲੇ ਜਾਓ ਕਿਉਂਕਿ ਤੁਹਾਡੇ ਲਈ ਮੁਲਕ ਜਿਹੜਾ ਉਹ ਵੱਖ ਹੋ ਗਿਆ, ਤੁਹਾਡੇ ਲਈ ਮੁਲਕ ਜਿਹੜਾ ਵੱਖ ਬਣ ਗਿਆ। ਵੰਡਾਂ ਹਮੇਸ਼ਾ ਜਿਹੜੀਆਂ ਨੇ ਮਿੱਟੀ ਦੀਆਂ ਪੈਂਦੀਆਂ ਨੇ, ਸਰਹੱਦਾਂ ਨੂੰ ਲਕੀਰਾਂ ਵੱਜਦੀਆਂ ਨੇ, ਦਿਲਾਂ ਨੂੰ ਕਦੀ ਲਕੀਰਾਂ ਨਹੀਂ ਵੱਜੀਆਂ ਔਰ ਨਾ ਹੀ ਕਦੀ ਪੰਜਾਬੀਆਂ ਦੇ ਸੀਨੇ ਦੇ ਉੱਤੇ ਲੀਕ ਮਾਰੀ ਜਾ ਸਕਦੀ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਔਰ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਔਰ ਇਹ ਤਮਾਮ ਪੀਰੀਅਡਸ ਨੂੰ ਲੈ ਕੇ ਮੈਂ ਪਹੁੰਚਿਆ ਸੀ ਅੱਜ ਚੱਕ 46 ਸਖੀਰਾ, ਅਤੇ ਤੁਸੀਂ ਦੇਖ ਰਹੇ ਹੋ ਸਿਸਟਰਸ ਹਾਊਸ ਔਰ ਵਿਲੇਜ ਡਾਕਟਰ ਦਲਵੀਰ ਪੰਨੂ, ਮਸ਼ਹੂਰ ਡੈਂਟਿਸਟ ਨੇ ਕੈਲੀਫੋਰਨੀਆ ਦੇ ਉੱਤੇ, USA ਦੇ ਅੰਦਰ। ਫਿਰ ਮਿਲਾਂਗਾ ਕਿਸੇ ਹੋਰ ਖੋਰੇ ਸੱਚ ਦੇ ਨਾਲ ਜਾਂ ਕਿਸੇ ਦੀਆਂ ਮਿੱਠੀਆਂ ਯਾਦਾਂ ਲੈ ਕੇ ਦੁਬਾਰਾ ਆਵਾਂਗਾ। ਦੇਖਦੇ ਰਹੋ ਸਿਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।